ਦਿੱਲੀ ਦਾ ਇਹ ਲਾਲ ਕਿਲਾ ਹੁਣ ਮੈਨੂੰ ਸੀਸ ਝੁਕਾਉਂਦਾ ਨਹੀਂ, ਕਿਉਂਕਿ ਹੁਣ ਮੇਰੇ ਚੋਂ ਨਜ਼ਰ ਬਘੇਲ ਸਿੰਘ ਵੀ ਆਉਂਦਾ ਨਹੀਂ। ਲਾਲ ਕਿਲੇ ਦਾ ਕੀ ਹੈ, ਇਹ ਤਾਂ ਝੁਕੇ ਵੇਖ ਤਲਵਾਰਾਂ ਨੂੰ, ਝੁਕ ਝੁਕ ਕਰਦਾ ਰਿਹਾ ਸਲਾਮਾਂ ਤੇਗ ਧਨੀ ਸਰਦਾਰਾਂ ਨੂੰ। ਮੈਂ ਵੀ ਜਦ ਤਲਵਾਰ ਫੜਾਂਗਾ ਤੇਗ ਦੇ ਜੌਹਰ ਵਿਖਾਵਾਂਗਾ, ਫੇਰ ਬਘੇਲ ਸਿੰਘ ਦੇ ਵਰਗਾ ਆਪਣਾ ਰੂਪ ਬਣਾਵਾਂਗਾ। ਲਾਲ ਕਿਲਾ ਵੀ ਫੇਰ ਦੇਖਿਓ ਆਪਣੀ ਥਾਂ 'ਤੇ ਆਵੇਗਾ, ਸੀਸ ਝੁਕਾ ਕੇ ਕਰੇਗਾ ਆਦਰ ਪਲਕਾਂ ਹੇਠ ਵਿਛਾਵੇਗਾ। ਦਿੱਲੀ ਦਾ ਇਹ ਲਾਲ ਕਿਲਾ ਅੱਜ ਮੈਨੂੰ ਸੀਸ ਝੁਕਾਉਂਦਾ ਨਹੀਂ, ਕਿਉਂਕਿ ਹੁਣ ਮੇਰੇ 'ਚੋਂ ਨਜ਼ਰ ਬਘੇਲ ਸਿੰਘ ਵੀ ਆਉਂਦਾ ਨਹੀਂ। ਖਿਆਲ ਭਾਈ ਗਜਿੰਦਰ ਸਿੰਘ ਜੀ ਦੁਖਬੰਦੀ ਦਾਸ ਨੇ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।